ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਅੱਜ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਆਰਗੇਨਾਈਜ਼ ਕ੍ਰਾਈਮ ਦੇ ਅਗੇਂਸਟ ਜਦੋਂ ਕਿ ਲੋਰੈਂਸ ਬਿਸ਼ਨੋਈ 골ਡੀ ਬਰਾਲ ਗੈਂਗ ਦੇ ਟੌਪ ਆਪਰੇਟਿਵ ਵਿਕਰਮਜੀਤ ਵਿਕੀ ਨੂੰ ਮੁਕਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਵਿਕਰਮਜੀਤ ਵਿਕੀ ਵੀ ਤੋਂ ਜ਼ਿਆਦਾ ਸੈਂਸੇਸ਼ਨਲ ਕ੍ਰਾਈਮਸ ਦੇ ਵਿੱਚ ਇਨਵੋਲਵ ਸੀ ਜਿਨ੍ਹਾਂ ਦੇ ਵਿੱਚ ਮਰਡਰ ਅਟੈਂਪਟ ਟੂ ਮਰਡਰ ਐਕਸਟਰਸ਼ਨਸ ਇਵਨ ਯੂਏਪੀਏ ਦੇ ਕੇਸਸ ਦੇ ਵਿੱਚ ਇਨਵੋਲਵ ਸੀਗਾ ਇਸ ਦੀ ਕ੍ਰਾਸ ਬਾਰਡਰ ਸਮਗਲਿੰਗ ਦੇ ਵਿੱਚ ਇਨਵੋਲਵਮੈਂਟ ਤੇ ਪਾਕ ਏਜੰਸੀਆ ਨਾਲ ਹੈਂਡਲਰਸ ਦੇ ਥਰੂ ਇਸ ਦੇ ক্লোজ ਸੰਬੰਧ ਪਾਏ ਗਏ ਸੀ ਕਿ 2018 ਦੇ ਵਿੱਚ ਅੰਕਿਤ ਬਾਦੂ ਨੇ ਜਿਹੜਾ ਜਾਰਡਨ ਦਾ ਮਰਡਰ ਗੰਗਾ ਨਗਰ ਰਾਜਸਥਾਨ ਵਿੱਚ ਕਰਾਇਆ ਸੀਗਾ ਉਸ ਦੇ ਵਿੱਚ ਵੀ ਐ ਵਿਕਰਮਜੀਤ ਵਿਕੀ ਇਨਵੋਲਵ ਸੀ ਇਸ ਦੀ ਅਰੈਸਟੋ ਕਈ ਜਿਹੜੇ ਪਲਾਨਸ ਜਿਹੜੇ ਸੀਗੇ ਗੈਂਗਸਟਰਸ ਦੇ ਉਹ ਐਵਰਟ ਹੋ ਗਏ ਇਸ ਨੂੰ ਇਸ ਨੂੰ ਕੁਝ ਸਪੈਸਿਫਿਕ ਟਾਸਕ ਦਿੱਤੇ ਗਏ ਸੀਗੇ ਇਸ ਦੇ ਪੋਜੀਸ਼ਨ ਤੋਂ ਇੱਕ ਟੋਇਟਾ ਫੋਰਚਨਰ ਕਾਰ 3 ਬੋਰ ਚਾਈਨੀਜ਼ ਮਾਊਜ਼ਰ ਪਿਸਟਲ 8 ਲਾਈਵ ਰਾਉਂਡਸ ਬਰਾਮਦ ਹੋਏ ਹਨ The investigations are ongoing to find out the forward and backward linkages. The Punjab police is fully committed as per the directives of Chief Minister Bhagwant Manji to eradicate organized crime from Punjab.